ਪੰਜਾਬ 'ਚ ਡਰੱਗਸ ਦੇ ਖਾਤਮੇ 'ਤੇ ਕੈਪਟਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਨਸ਼ੇ ਦੇ ਨੈੱਟਵਰਕ ਦਾ ਲੱਕ ਟੁੱਟ ਰਿਹਾ ਹੈ ਤਾਂ ਨਸ਼ੇ ਦੀ ਆਦਤ ਛੁਡਾਉਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਨੇ ਪਰ ਵਿਰੋਧੀ ਪਾਰਟੀਆਂ ਸਰਕਾਰ ਦੇ ਇਸ ਦਾਅਵੇ 'ਤੇ ਵੱਡੇ ਸਵਾਲ ਖੜ੍ਹੇ ਕਰ ਰਹੀਆਂ ਨੇ। ਕੈਪਟਨ ਸਰਕਾਰ ਦੇ ਮੁਤਾਬਕ ਭਾਵੇਂ ਹੀ ਉਸਨੇ ਸਿਰਫ 45 ਦਿਨਾਂ ਵਿੱਚ ਡਰੱਗਸ ਮਾਫੀਆ ਦਾ ਲੱਕ ਤੋੜ ਦਿੱਤਾ ਹੈ, ਸਰਕਾਰ ਭਾਵੇਂ ਹੀ ਨਸ਼ੇ ਦੇ ਆਦੀ ਲੋਕਾਂ ਨੂੰ ਮੁੱਖ ਧਾਰਾ ਨਾਲ ਜੋੜਨ ਦੀ ਗੱਲ ਕਹਿ ਰਹੀ ਹੋਵੇ ਪਰ ਵਿਰੋਧੀ ਉਸ ਦੇ ਇਹਨਾਂ ਦਾਅਵਿਆਂ 'ਤੇ ਸਵਾਲ ਚੁੱਕ ਰਹੇ ਨੇ। ਪੰਜਾਬ ਸਰਕਾਰ ਦੇ ਮੁਤਾਬਕ ਪੰਜਾਬ ਵਿੱਚ ਡਰੱਗਸ ਕਾਰੋਬਾਰੀਆਂ 'ਤੇ ਨਕੇਲ ਕੱਸੀ ਗਈ ਹੈ, ਸਰਕਾਰ ਦੀ ਮੁਹਿੰਮ ਰੰਗ ਲਿਆ ਰਹੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਡਰੱਗਸ ਦੀ ਮੁਸ਼ਕਲ ਆਉਣੀ ਨਹੀਂ ਸੀ ਜਿੰਨਾ ਕਾਂਗਰਸ ਨੇ ਚੋਣਾਂ ਦੇ ਦੌਰਾਨ ਪ੍ਰਚਾਰ ਕੀਤਾ ਸੀ। ਇਹ ਨਹੀਂ ਪਤਾ ਲੱਗਦਾ ਇਹਨਾਂ ਦੀ ਮਤ ਨੂੰ ਹੋਇਆ ਕੀ ਹੈ। ਮੱਛਲੀਆਂ ਮੈਨੂੰ ਦੱਸਣ ਦਾ, ਤੁਹਾਡੀਆਂ ਮੱਛਲੀਆਂ ਪਾਲੀਆਂ ਹੋਈਆਂ ਸੀ ਅਕਾਲੀ ਦਲ ਔਰ ਬੀਜੇਪੀ ਦੀਆਂ, ਮੈਨੂੰ ਤਾਂ ਕੋਈ ਲੱਭਦੀ ਨਹੀਂ। ਜੇ ਕੋਈ ਲੱਭਦੀ ਹੈ ਤੁਸੀਂ ਲੁਕੋਈਆਂ ਹੋਣੀਆਂ ਦੱਸੋ, ਅਸੀਂ ਤਾਂ ਫੜ ਲਾਂਗੇ, ਰਾਤ ਨੂੰ ਫੜਨਾ ਦਿਨ ਨਹੀਂ ਫੜਨਾ, ਕਿ ਫੜਨ ਨੂੰ ਤਿਆਰ ਬੈਠੇ ਅਸੀਂ, ਕੋਈ ਛੱਡਣਾ ਨਹੀਂ। ਔਰ 99% ਨਸ਼ੇ ਵਾਲੇ ਬੰਦੇ ਜਾਂ ਤਾਂ ਛੱਡ ਗਏ ਜਾਂ ਭੱਜ ਗਏ ਨੇ। ਜਿਹੜੇ ਚਿਹਰੇ ਮੋਹਰੇ ਇਹ ਪਛਾਣਦੇ ਨੇ ਸਾਨੂੰ ਦੱਸਦੇ ਨੇ, ਅਸੀਂ ਉਹਨਾਂ ਨੂੰ ਫੜ ਲੈਂਦੇ ਹਾਂ ਕਿਉਂਕਿ ਇਹਨਾਂ ਦੇ ਪਾਲੇ ਹੋਏ, ਇਹਨਾਂ ਨੂੰ ਪਤਾ ਚੰਗੀ ਜਗ੍ਹਾ ਦਾ। ਬਦਨਾਮ ਕਰਨ ਕੇ ਲੀਏ ਹਮਾਰੀ ਲੀਡਰਸ਼ਿਪ ਕੋ ਬਦਨਾਮ ਕਰਨ ਕੇ ਲੀਏ ਮੈਂ ਪੁੱਛ ਰਿਹਾ ਹੁਣ ਕਿ ਆਪ ਬੜੀ ਮਛਲੀਆਂ ਕਹਾਂਗੇ, ਇਹ 2 ਕਿਲੋ ਹੀਰੋਪਨ ਟੋਟਲ ਪੜੀ ਆਪਣੇ 500 ਆਦਮੀ 15-4-3 ਗ੍ਰਾਮ ਵਾਲੇ ਜੋ ਕਹੀਂ ਸੇ ਵੀ ਆਪਣੇ ਉਠਾ ਕੇ ਉਨਕੋ ਕੋਈ ਟ੍ਰੀਟਮੈਂਟ ਲੇ ਰਹਾ ਥਾ, ਕੋਈ ਕੁਛ ਲੇ ਰਹਾ, ਪਕੜੇ ਤੋ ਇਨਮੇ ਸੇ ਕਿਸਕੋ ਆਪ ਸਮਗਲਰ ਬੋਲੋਗੇ ਜੋ 500-600 ਪਕੜਾ। ਦਰਅਸਲ ਅਮਰਿੰਦਰ ਸਰਕਾਰ ਦੇ ਮੁਤਾਬਕ ਸਿਰਫ 45 ਦਿਨਾਂ ਵਿੱਚ ਸਰਕਾਰ ਨੇ ਡਰੱਗਸ ਮਾਫੀਆ ਦੀ ਕਮਰ ਤੋੜ ਦਿੱਤੀ ਹੈ, ਨਾਲ ਹੀ ਜਿਨ੍ਹਾਂ ਲੋਕਾਂ ਨੂੰ ਨਸ਼ੇ ਦੀ ਲੱਤ ਲੱਗ ਗਈ ਸੀ ਉਹਨਾਂ ਨੂੰ ਵੀ ਮੁੱਖ ਧਾਰਾ 'ਚ ਲਿਆਉਂਦਾ ਗਿਆ। ਸਰਕਾਰ ਦੇ ਮੁਤਾਬਕ ਸਰਕਾਰੀ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਵਧੀ ਹੈ। 16 ਮਾਰਚ 2017 ਤੋਂ ਅਪ੍ਰੈਲ 2017 ਤੱਕ 48.1% ਮਰੀਜ਼ਾਂ 'ਚ ਇਜ਼ਾਫਾ ਹੋਇਆ। NDPS ਐਕਟ ਦੇ ਤਹਿਤ ਹੁਣ ਤੱਕ 920 ਗ੍ਰਿਫਤਾਰੀਆਂ ਹੋਈਆਂ ਨੇ। ਇਸ ਦੌਰਾਨ ਤਕਰੀਬਨ 3 ਕਿਲੋ ਹੈਰੋਇਨ, 50 ਕਿਲੋ ਅਫੀਮ, 2212 ਕਿਲੋ ਭੁੱਕੀ ਸਣੇ ਨਸ਼ੀਲੇ ਪਦਾਰਥ ਬਰਾਮਦ ਹੋਏ ਨੇ। ਸਰਕਾਰ ਭਾਵੇਂ ਹੀ ਡਰੱਗਸ ਦੇ ਮੁੱਦੇ 'ਤੇ ਆਪਣੀ ਪਿੱਠ ਥਾਪੜ ਰਹੀ ਹੈ ਪਰ ਵਿਰੋਧੀ ਸਵਾਲ ਚੁੱਕ ਰਹੇ ਨੇ। ਜਗਤਾਰ ਭੁੱਲਰ, ਜ਼ੀ ਮੀਡੀਆ, ਚੰਡੀਗੜ੍ਹ।